ਜੇ ਸਿੱਖਣੀ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰਾ ਉਭਰੈ ਤਿੱਤੇ ਲਿਓ ਬਾਰ ਸੱਚ ਲੈਣਾ ਹੈ ਸਤਿਗੁਰ ਦੀ ਮੱਤ ਲੈਣੀ ਹੈ ਵਿਜ਼ਡਮ ਲੈਣੀ ਹੈ ਜਿੱਥੋਂ ਵੀ ਮਿਲੇ ਲੇਕਿਨ ਅਸੀਂ ਲੈ ਨਹੀਂ ਰਹੇ ਹਾਂ ਅਸੀਂ ਕੀ ਲੈ ਰਹੇ ਹਾਂ ਕੂੜ ਦਾ ਪ੍ਰਚਾਰ ਕਿਹਨਾਂ ਕੋਲੋਂ ਆਪਣੇ ਆਸ ਪਾਸ ਦੇ ਇਨਵਾਇਰਮੈਂਟ ਤੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਆਪਣੇ ਸੀਨੀਅਰਸ ਤੋਂ ਜੋ ਸਾਡੇ ਚਾਰੋਂ ਪਾਸੇ ਮਾਹੌਲ ਬਣਿਆ ਸਾਡੇ ਚਾਰੋਂ ਪਾਸੇ ਮਾਹੌਲ ਕੀ ਬਣਿਆ ਹੋਇਆ ਫੋਰ ਐਗਜ਼ਾਮਪਲ ਖੋਤਾ ਇੱਕ ਧੋਬੀ ਦਾ ਬਿਮਾਰ ਹੋ ਗਿਆ ਪੜੋਸੀ ਕੋਲ ਖੋਤਾ ਮੰਗਣ ਗਿਆ ਯਾਰ ਮੇਰਾ ਖੋਤਾ ਨਾ ਬਿਮਾਰ ਹੋ ਗਿਆ ਕੀ ਇੱਕ ਦਿਨ ਵਾਸਤੇ ਆਪਣਾ ਖੋਤਾ ਦੇ ਸਕਣਾ ਉਸਨੇ ਕਿਹਾ ਹਾਂ ਮੈਂ ਤੈਨੂੰ ਦੇ ਤਾਂ ਦਿੰਦਾ ਪਰ ਮੇਰਾ ਖੋਤਾ ਇਸ ਵੇਲੇ ਘਾਟ 'ਤੇ ਗਿਆ ਹੋਇਆ ਸੋਰੀ ਮੈਂ ਤੈਨੂੰ ਨਹੀਂ ਦੇ ਸਕਦਾ ਇਹ ਵਿਚਾਰੇ ਨੇ ਸੁਣਿਆ ਸ਼ਸਦਿਲ ਜਿਹਾ ਹੋ ਕੇ ਮੁੜਿਆ ਔਰ ਜਿਉਂ ਹੀ ਮੁੜ ਕੇ ਦੋ ਕਦਮ ਇਸਨੇ ਬਾਹਰ ਆਪਣੇ ਘਰ ਵੱਲ ਜਾਣ ਦੇ ਕੱਢੇ ਤਾਂ ਅੰਦਰੋਂ ਖੋਤਾ ਰੈਂਗ ਪਿਆ ਜੋ ਵੀ ਖੋਤੇ ਦੀ ਆਵਾਜ਼ ਹੁੰਦੀ ਹੈ ਉਹ ਬੋਲ ਪਿਆ ਇਹ ਵਾਪਸ ਮੁੜਿਆ ਤੁਸੀਂ ਕਹਿੰਦੇ ਸੀ ਖੋਤਾ ਹੈ ਨਹੀਂ ਤੁਹਾਡਾ ਖੋਤਾ ਤਾਂ ਅੰਦਰ ਬੋਲ ਰਿਹਾ ਉਹ ਬੰਦਾ ਪਤਾ ਕੀ ਬੋਲਿਆ ਤੈਨੂੰ ਮੇਰੇ 'ਤੇ ਵਿਸ਼ਵਾਸ ਹੈ ਜਾਂ ਖੋਤੇ 'ਤੇ ਸੋ ਵਟ ਵੀ ਆਰ ਡੂਇੰਗ ਵੀ ਆਰ ਫੁੱਲ ਵਿਸ਼ਵਾਸ ਔਨ ਖੋਤੇ ਜੋ ਚਾਰੋਂ ਪਾਸੇ ਇਨਵਾਇਰਮੈਂਟ 'ਚ ਗਲਤ ਦੱਸਿਆ ਜਾ ਰਿਹਾ ਵੀ ਕੈਚ ਇਟ ਵੀ ਲਿਵ ਇਟ ਵੀ ਇੰਜੋਏ ਇਟ ਵੀ ਡੋਂਟ ਨੋ ਕਿ ਮੈਂ ਖੋਤਿਆਂ ਨੂੰ ਸੁਣ ਰਿਹਾ ਉਹ ਭਾਵੇਂ ਮੈਂ ਹੋਵਾਂ ਤੁਸੀਂ ਕਿਸੇ ਨੂੰ ਨਹੀਂ ਸੁਣਨਾ ਨਿੱਜ ਘਰ ਦੀ ਆਵਾਜ਼ ਸੁਣਨੀ ਹੈ ਸਤਿਗੁਰ ਦੀ ਮੱਤ ਲੈਣੀ ਹੈ ਮੈਂ ਵੀ ਤੁਹਾਨੂੰ ਕੋਈ ਪਰਫੈਕਟ ਬੰਦਾ ਕੁਛ ਗੱਲਾਂ ਸ਼ੇਅਰ ਨਹੀਂ ਕਰਨ ਆਇਆ ਸਿਰਫ ਦੁਨੀਆ ਭਰ ਘੁੰਮਣ ਤੋਂ ਬਾਅਦ ਸਿਰਫ ਆਪਣਾ ਐਕਸਪੀਰੀਅੰਸ ਸਾਂਝ ਕਰ ਰਿਹਾ ਗੁਰਬਾਣੀ ਦੇ ਰਾਹੀਂ ਜੋ ਮੈਨੂੰ ਸਮਝ ਆਇਆ ਲੋਕਾਂ ਦੇ ਜੀਵਨ 'ਚ ਝਾਤੀ ਮਾਰ ਕੇ ਸੋ ਜਦੋਂ ਅਸੀਂ ਉਸਨੂੰ ਸਿੱਖਦੇ ਜਾਂਦੇ ਹਾਂ ਤਾਂ ਫਿਰ ਪਤਾ ਲੱਗਦਾ ਹੈ ਕਿ ਮੈਂ ਕਰ ਕੀ ਰਿਹਾ ਸੋ ਹੁਣ ਅਸੀਂ ਕਿਹਦੇ ਕੋਲੋਂ ਸਿੱਖਣਾ ਚਾਰੋਂ ਪਾਸੇ ਝਾਤ ਮਾਰੀਏ ਆਈ ਆਲਵੇਜ਼ ਟਰਾਈ ਟੂ ਲਰਨ ਫਰੋਮ ਮਾਈ ਕਾਲਜ ਦੇ ਜਿਹੜੇ ਮੇਰੇ ਸਟੂਡੈਂਟਸ ਨੇ ਉਹ ਸਾਰੇ ਕਹਿੰਦੇ ਨੇ ਸ਼ਰਾਬ ਪੀਣੇ ਮੈਂ ਤਾਂ ਕੋਈ ਮਾੜ ਹੈ ਹੀ ਨਹੀਂ ਹੈ ਕਹਿੰਦੇ ਨੇ ਜਾਂ ਨਹੀਂ ਇੱਕ ਪੀਰੀਅਡ ਤੋਂ ਦੂਜੇ ਪੀਰੀਅਡ ਦੇ ਵਿਚਕਾਰ 2 ਮਿੰਟ ਗੈਪ ਹੋਇਆ ਤਾਂ ਉਹ ਬਾਹਰ ਜਾ ਕੇ ਪੀ ਆਉਂਦੇ ਹਨ ਕਿ ਨਹੀਂ ਉਹ ਇੱਕ ਦੂਜੇ ਨੂੰ ਕਾਲਜ ਦੀ ਕੈਂਟੀਨ ਦੇ ਅੰਦਰ ਇੱਥੇ ਬੋਤਲ ਨੂੰ ਟੁੰਗ ਕੇ ਖਾਕੀ ਕੱਪੜੇ ਅੰਦਰ ਲਪੇਟ ਕੇ ਇਸ ਤਰ੍ਹਾਂ ਕਰਕੇ ਲਿਆ ਕੇ ਪੀਂਦੇ ਹਨ ਜਾਂ ਨਹੀਂ ਅਸੀਂ ਉਹਨਾਂ ਨੂੰ ਸੁਣਦੇ ਹਾਂ ਉਹਨਾਂ ਨੂੰ ਫੋਲੋ ਕਰਦੇ ਹਾਂ ਇਸ ਕਰਕੇ ਪੰਜਾਬ ਦੀ ਬੀਬੀ ਨੂੰ ਓਬਜੈਕਸ਼ਨ ਹੀ ਨਹੀਂ ਹੈ ਕਿ ਮੇਰਾ ਸ਼ਰਾਬੀ ਨਾਲ ਵਿਆਹ ਹੋ ਰਿਹਾ ਇਸਨੂੰ ਇਹ ਓਬਜੈਕਸ਼ਨ ਜ਼ਰੂਰ ਹੋ ਗਿਆ ਮਨ ਅੰਦਰ ਬਗਾਵਤ ਜਾਗ ਪਈ ਹੈ ਕਿ ਮੈਂ ਕੇਸਾਂ ਵਾਲੇ ਨਾਲ ਪੱਗ ਵਾਲੇ ਨਾਲ ਵਿਆਹ ਨਹੀਂ ਕਰਾਉਣਾ ਪਰ ਇਸਨੂੰ ਇਹ ਨਹੀਂ ਸਮਝ ਆ ਰਿਹਾ ਮੈਂ ਬਗਾਵਤ ਕਰਨੀ ਕਿਹੜੀ ਹੈ ਮੈਂ ਬਗਾਵਤ ਕਰਨੀ ਹੈ ਕਿ ਮੈਂ ਦਾਜ ਨਾਲ ਵਿਕਾਊ ਨਹੀਂ ਹਾਂ ਮੈਂ ਕੰਨਿਆਦਾਨ ਦੇ ਲਫ਼ਜ਼ ਹੇਠਾਂ ਵਿਆਹ ਨਹੀਂ ਕਰਾਉਣਾ ਮੈਂ ਕੂੜੇ ਦੀ ਟੋਕਰੀ ਨਹੀਂ ਹਾਂ ਕੂੜੇ ਦੀ ਟੋਕਰੀ ਮੈਂ ਕਿਉਂ ਕਿਹਾ ਕਿਉਂਕਿ ਜਿਹੜੇ ਜ਼ਮਾਨੇ 'ਚ ਮੈਂ ਇੰਡੀਆ ਰਹਿੰਦਾ ਸੀ ਜਮਾਦਾਰਨੀ ਨੂੰ ਕੁਛ ਪੈਸੇ ਦਿੱਤੇ ਜਾਂਦੇ ਸੀ ਮੰਥਲੀ ਪਰ ਜਿਸ ਦਿਨ ਦੀਵਾਲੀ ਹੁੰਦੀ ਸੀ ਅਸੀਂ ਬੰਬ ਪਟਾਕੇ ਔਰ ਅਨਾਰ ਛੋੜਦੇ ਸਾਂ ਸਾਰੀ ਗਲੀ 'ਚ ਗੰਦ ਪੈ ਜਾਂਦਾ ਸੀ ਜਮਾਦਾਰਨੀ ਆ ਕੇ ਗੰਦ ਚੁੱਕਦੀ ਸੀ ਅਸੀਂ ਉਹਨੂੰ ਕਹਿੰਦੇ ਸੀ ਇਹ ਸਾਰਾ ਗੰਦ ਚੁੱਕ ਲੈ ਕਹਿੰਦੀ ਆ ਤੁਮਨੇ ਰਾਤ ਕੋ ਇਤਨਾ ਗੰਦ ਡਾਲਾ ਅਬ ਮੇਰੀ ਕਿਆ ਹੀ ਡਿਊਟੀ ਹੈ ਇਤਨੀ ਸੀ ਤਨਖਾਹ ਮੈਂ ਇਤਨਾ ਸਾਰਾ ਕੰਮ ਕਰਾਤੇ ਹੋ ਤਾਂ ਅਸੀਂ ਸਾਰਾ ਗੰਦ ਟੋਕਰੀ 'ਚ ਇਕੱਠਾ ਕਰਦੇ ਸੀ ਉਹਨੂੰ ਕਹਿੰਦੇ ਸੀ 10 ਰੁਪਏ ਐਕਸਟਰਾ ਦਿਆਂਗੇ ਇਹ ਕੂੜਾ ਵੀ ਚੁੱਕ ਕੇ ਲੈ ਜਾ ਰਾਈਟ ਕੂੜੇ ਦੀ ਟੋਕਰੀ ਨੂੰ 10 ਰੁਪਏ ਦੇ ਕੇ ਚੁਕਾਉਂਦੇ ਸਾਂ ਅੱਜ ਅਸੀਂ ਕੰਨਿਆਦਾਨ ਦਾ ਲਫ਼ਜ਼ ਯੂਜ਼ ਕਰਕੇ ਆਪਣੀ ਕੁੜੀ ਨੂੰ ਕੂੜੇ ਦੀ ਟੋਕਰੀ ਨੁਮਾ ਬਣਾ ਕੇ ਕਹਿ ਰਹੇ ਹਾਂ ਦਾਜ ਵੀ ਦਿਆਂਗੇ ਜ਼ਮੀਨ ਵੀ ਦਿਆਂਗੇ ਕੈਸ਼ ਵੀ ਦਿਆਂਗੇ ਸੋਨਾ ਵੀ ਦਿਆਂਗੇ ਤੁਹਾਡੇ ਸਾਰੇ ਜਿੰਨੇ ਰਿਸ਼ਤੇਦਾਰ ਨੇ ਸਭ ਨੇ ਸੂਟ ਕਦੇ ਨਹੀਂ ਦੇਖਿਆ ਉਹ ਵੀ ਦਿਆਂਗੇ ਤੁਹਾਨੂੰ ਮਿੱਲੀ ਵੇਲੇ ਸੋਨੇ ਦੀ ਲੜੀਆਂ ਵੀ ਪਾਵਾਂਗੇ ਤੁਹਾਡੇ 5000 ਬੰਦਿਆਂ ਨੂੰ ਬੋਟੀ ਵੀ ਖਵਾਵਾਂਗੇ ਪਰ ਸਾਡੀ ਧੀ ਕੂੜੇ ਦੀ ਟੋਕਰੀ ਲੈ ਜਾਓ ਬਗਾਵਤ ਕਰਨੀ ਹੈ ਤੇ ਬਗਾਵਤ ਕਰੋ ਮੈਂ ਸਾਰੀ ਉਮਰ ਕੁਆਰੀ ਰਹਿਣ ਨੂੰ ਤਿਆਰ ਹਾਂ ਪਰ ਮੈਂ ਵਿਆਹ ਨਹੀਂ ਕਰਾਵਾਂਗੀ ਦਾਜ ਵਾਲਾ
ਇਹ ਜਦੋਂ ਮਤ ਜਾਗੇਗੀ ਨਾ ਅਸਲੀ ਬਗਾਵਤ ਸਮਝ ਆਏਗੀ। ਇਹ ਬਗਾਵਤ ਨਹੀਂ ਹੈ, ਉਹ ਨਹੀਂ ਅੱਜ ਕੱਲ੍ਹ ਸੁਣਨਾ ਪਤੀ ਪਤਨੀ ਨਾ ਠੀਕ ਨਹੀਂ ਹੋਤੇ ਹੈ ਤੋ ਇਸ ਲਈ ਨਾ ਪਹਿਲੇ ਤੋਂ ਮੈਂ ਆਪਣਾ ਬੁਆਏਫ੍ਰੈਂਡ ਢੂੰਡ ਰਹੀ ਹੂੰ ਔਰ ਫਿਰ ਨਾ ਥੋੜ੍ਹੇ ਦਿਨ ਉਸਕੇ ਸਾਥ ਰਿਲੇਸ਼ਨਸ਼ਿਪ ਮੇਂ ਰਹੂੰਗੀ, ਅਗਰ ਪਸੰਦ ਆਇਆ ਤੋ ਫਿਰ ਸ਼ਾਦੀ ਕਰੇਂਗੇ। ਦਿਸ ਇਜ਼ ਨਾਟ ਬਗਾਵਤ, ਦਿਸ ਇਜ਼ ਕਨਫਿਊਜ਼ਡ ਮਾਇੰਡ, ਲੋਸਟ ਮਾਇੰਡ। ਦਿਸ ਰਿਲੇਸ਼ਨਸ਼ਿਪ ਬਿਫੋਰ ਮੈਰਿਜ ਇਜ਼ ਟੋਟਲੀ ਗੁਆਚ ਗਏ। ਉੱਤੋਂ ਸਾਨੂੰ ਕਹਿ ਰਹੇ ਨੇ ਏਡ ਸੇ ਬਚਣਾ ਚਾਹਤੇ ਹੋ ਆਪਣੇ ਪਰਸ ਮੇਂ ਸਾਥ ਮੇਂ ਆਪਣੇ ਕਾਊਂਟਰਸੈਪਟਿਵ ਰੱਖੋ। ਉਹ ਸਾਨੂੰ ਹੋਰ ਬੇਵਕੂਫ ਬਣਾ ਰਹੇ ਨੇ। ਤੁਸੀਂ ਸਾਰੇ ਐਡਲਟ ਹੋ ਗਏ ਹੋ ਤਾਂ ਮੈਂ ਤੁਹਾਡੇ ਨਾਲ ਇਹ ਟੋਪਿਕ ਡਿਸਕਸ ਕਰ ਰਿਹਾ। ਬੀ ਕੇਅਰਫੁਲ, ਡੋਂਟ ਵੇਸਟ ਯੂਅਰ ਲਾਈਫ। ਦੀਜ਼ ਆਰ ਦ ਡੇਜ਼ ਵੈਨ ਯੂ ਕੈਨ ਗਰੋ, ਯੂ ਕੈਨ ਚੀਜ਼ਲ, ਯੂ ਕੈਨ ਰੀਅਲੀ ਮੇਕ ਆਊਟ ਬੈਸਟ ਫਾਊਂਡੇਸ਼ਨ ਆਫ ਯੂਅਰ ਲਾਈਫ। ਸਿਰਫ ਡਿਗਰੀ ਲੈ ਕੇ ਚੱਲੇ ਨਾ ਜਾਣਾ, ਸਿਰਫ ਇੱਥੇ ਫੋਕੀ ਪੜ੍ਹਾਈ ਕਰਕੇ ਚੱਲੇ ਨਾ ਜਾਣਾ। ਮੁੰਡੇ ਕੀ ਕਰਦੇ ਹਨ, ਉਹ ਸਿਰਫ ਮੋਟਰਸਾਈਕਲ 'ਤੇ ਘੁੰਮਣਾ ਹੈ ਔਰ ਸਾਰੇ ਕਾਲਜ ਨੂੰ ਸ਼ੋ ਕਰਨਾ ਮੇਰੀ ਵੀ ਗਰਲਫ੍ਰੈਂਡ ਹੈ। ਹਾਂ, ਵਿਆਹ ਤੋਂ ਪਹਿਲਾਂ ਰਿਲੇਸ਼ਨਸ਼ਿਪ ਕਰ ਲਈ ਹੈ, ਵਿਆਹ ਹੋਣ ਤੋਂ ਬਾਅਦ ਅਸਲੀ ਨਜ਼ਰ ਆਉਂਦਾ ਹੈ। ਸਾਡੇ 'ਚੋਂ ਜਿਸ ਮੁੰਡੇ ਦਾ ਟੋਟਾ ਨਾ ਫਸਿਆ ਹੋਵੇ ਔਰ ਜਿਸ ਕੁੜੀ ਨੂੰ ਕੋਈ ਪਸੰਦ ਨਾ ਕਰ ਰਿਹਾ ਹੋਏ ਉਹਨੂੰ ਕੁੜੀਆਂ ਕਹਿ ਰਹੀ ਹੁੰਦੀ ਹੈ ਤੇਰੇ ਕੋਈ ਵੀ ਨਹੀਂ ਪਸੰਦ ਕਰਤਾ, ਹਾਂ ਤੇਰਾ ਕੋਈ ਵੀ ਬੋਏਫ੍ਰੈਂਡ ਨਹੀਂ ਹੈ। ਮੁੰਡੇ ਨੂੰ ਕਹਿ ਰਹੇ ਤੈਨੂੰ ਕੋਈ ਨਹੀਂ ਪਸੰਦ ਕਰਦੀ, ਕੋਈ ਕੁੜੀ ਪਸੰਦ ਨਹੀਂ ਕਰਦੀ। ਹੁਣ ਇੱਕ ਦੂਜੇ ਨੂੰ ਅਸੀਂ ਪੋਲਿਊਟ ਕਰ ਰਹੇ ਹਾਂ ਮਾਇੰਡ ਨੂੰ। ਇਹ ਗੱਲਾਂ ਪ੍ਰੋਫੈਸਰ ਨਹੀਂ ਪੜ੍ਹਾ ਸਕਦੇ ਨੇ, ਇਹ ਗੱਲਾਂ ਕਿਤਾਬਾਂ 'ਚ ਨਹੀਂ ਲਿਖੀਆਂ ਹੋਈਆਂ, ਇਹਨਾਂ ਗੱਲਾਂ ਦੇ ਕਿਊ ਚੈੱਕ ਨਹੀਂ ਕੀਤੇ ਜਾਂਦੇ ਨੇ। ਆਈ ਕਿਊ ਚੈੱਕ ਹੁੰਦੇ ਨੇ, ਫਿਰ ਈ ਕਿਊ ਚੈੱਕ ਹੋਣੇ ਸ਼ੁਰੂ ਹੋ ਗਏ, ਫਿਰ ਐਸ ਕਿਊ ਚੈੱਕ ਹੋਣੇ ਸ਼ੁਰੂ ਹੋ ਗਏ। ਇਹ ਵਾਲੇ ਕਿਊ ਕੋਈ ਨਹੀਂ ਪੜ੍ਹਾਉਂਦਾ, ਇਹ ਵਾਲੇ ਕਿਊ ਕੋਈ ਨਹੀਂ ਸਾਂਝ ਕਰਦਾ। ਸਭ ਕੁਝ ਪ੍ਰਾਪਤ ਕਰਕੇ ਮੈਰਿਜ ਤੋਂ ਬਾਅਦ ਕੁੜੀ ਜਾਂ ਮੁੰਡਾ ਡਾਵਾਂ ਡੋਲ ਲੈ, ਬਾਕੀ ਪੁੱਛਦੇ ਨੇ ਹਾਏ ਤੂੰ ਤਾਂ ਬਹੁਤ ਹਸਮੁੱਖ ਹੋਤੀ ਤੀ, ਤੂੰ ਤਾਂ ਬੜੀ ਖੁਸ਼ ਰਹਿਤੀ ਤੀ, ਕਿਆ ਹੋ ਗਿਆ? ਪਤਾ ਨਹੀਂ, ਇੱਕ ਮੁਸ਼ਟੰਡੇ ਸੇ ਸ਼ਾਦੀ ਹੋ ਗਈ, ਜ਼ਿੰਦਗੀ ਬਰਬਾਦ ਹੋ ਗਈ ਹੈ। ਮੁੰਡਾ ਕਹਿ ਰਿਹਾ ਯਾਰ ਪਤਾ ਨਹੀਂ ਵਿਆਹ ਤੋਂ ਪਹਿਲਾਂ ਚੰਗੀ ਭਲੀ ਸੀ, ਪਤਾ ਨਹੀਂ ਕੀ ਹੋਇਆ ਉਹਨੇ ਐਸੇ ਰੰਗ ਵਿਖਾਏ ਨੇ, ਸ਼ਕਲ ਬਦਲ ਗਈ ਹੈ। ਔਰ ਸਾਡੇ ਅਮੈਰੀਕਾ ਸਟੋਰ 'ਤੇ ਇੱਕ ਕੁੜੀ ਕੰਮ ਕਰਦੀ ਸੀ, ਅਮੈਰੀਕਨ ਜਿਊਸ਼ ਅਮੀਰ ਦੀ ਬੱਚੀ, ਉਸਨੇ ਕੰਮ ਸਿੱਖਣ ਵਾਸਤੇ ਸਾਡੇ ਕੋਲ ਭੇਜਿਆ, ਪਰ ਅਸੀਂ ਦੇਖਿਆ ਇਹ ਆਪਣੇ ਬੁਆਏਫ੍ਰੈਂਡ ਦੇ ਨਾਲ ਕਾਰ 'ਚ ਬੈਠ ਕੇ ਉਹ ਵਾਲੇ ਸਾਰੇ ਸੀਨ ਦਿਖਾਉਂਦੀ ਹੈ ਜੋ ਅੱਜ ਕੱਲ੍ਹ ਫਿਲਮਾਂ 'ਚ ਦਿਖਾਏ ਜਾਂਦੇ ਨੇ। ਬੜਾ ਪਿਆਰ, ਸਾਰਾ ਉਹਨਾਂ ਨੇ ਰੰਗ ਸਾਨੂੰ ਵਿਖਾਇਆ, ਵਿਖਾਉਣ ਤੋਂ ਬਾਅਦ ਪਤਾ ਲੱਗਾ ਇਹਦੀ ਜ਼ਿੱਦ ਹੈ ਕਿ ਮੈਂ ਇਸੇ ਨਾਲ ਵਿਆਹ ਕਰਾਉਣਾ ਹੈ, ਬਹੁਤ ਪਿਆਰ ਕਰਦਾ ਹੈ, ਹੀ ਇਜ਼ ਮਾਈ ਹਨੀ। ਪਰ ਬਾਅਦ 'ਚ ਉਹ ਹਨੀ ਤੋਂ ਹਨੀ ਵੀ ਬਣ ਗਿਆ, ਉਹਦਾ ਡੰਗ ਐਸਾ ਲੱਗਣਾ ਸ਼ੁਰੂ ਹੋਇਆ, ਅਸੀਂ ਹੈਰਾਨ ਰਹਿ ਗਏ 6 ਮਹੀਨੇ ਦਾ ਡਿਵੋਰਸ ਕਿਉਂ ਹੋ ਗਿਆ। ਕਹਿੰਦੀ ਹੈ ਉਹਨੂੰ ਸਾਰੇ ਗੁਣ ਮੇਰੇ ਅੰਦਰ ਚੰਗੇ ਚੰਗੇ ਨਜ਼ਰ ਆਉਂਦੇ ਸਨ, ਮੇਰੀਆਂ ਅੱਖਾਂ, ਮੇਰੀ ਫਿਗਰ, ਮੇਰੀ ਨੱਕ, ਮੇਰੇ ਲਿਪਸ, ਮੇਰੇ ਵਾਲ, ਮੇਰਾ ਸਭ ਕੁਝ ਬਹੁਤ ਉਹਨੂੰ ਬਹੁਤ ਪਸੰਦ ਸੀ। ਪਰ ਕੀ ਹੋਇਆ ਅਸੀਂ ਉਹਨੂੰ ਪੁੱਛਿਆ, ਕਹਿੰਦੀ ਹੈ ਵਿਆਹ ਤੋਂ ਬਾਅਦ ਕਰੀਬਨ 2 ਮਹੀਨੇ ਬਾਅਦ ਉਹਦਾ ਪ੍ਰੋਫੈਸ਼ਨ ਬਦਲ ਗਿਆ ਐਂਡ ਹੀ ਗੋਟ ਜੋਬ ਇਨ ਪੁਲਿਸ ਡਿਪਾਰਟਮੈਂਟ। ਕਾਰਾਂ ਚੈੱਕ ਕਰਦਾ ਸੀ, ਟ੍ਰੈਫਿਕ ਪੁਲਿਸ ਲੱਗ ਗਿਆ, ਉਹ ਇਹ ਚੈੱਕ ਕਰਦਾ ਸੀ ਕਿ ਜਿਤਨੀਆਂ ਠੀਕ ਕਾਰਾਂ ਜਾ ਰਹੀਆਂ ਉਹਨਾਂ ਨੂੰ ਕੁਛ ਨਹੀਂ ਕਹਿਣਾ, ਪਰ ਜਿਹੜੀ ਕਾਰ ਜਿਗਜੈਕ ਕਰ ਰਹੀ ਹੈ, ਓਵਰ ਸਪੀਡ ਜਾ ਰਹੀ ਹੈ, ਬਲਿੰਕਰ ਨਹੀਂ ਦਿੰਦੀ ਹੈ ਔਰ ਐਵੇਂ ਮੁੜ ਜਾਂਦੀ ਹੈ, ਜਿਤਨੀਆਂ ਗਲਤ ਕਾਰਾਂ ਚੱਲਦੀਆਂ ਉਹਨਾਂ ਨੂੰ ਨੋਟ ਕਰਦਾ ਸੀ, ਉਹਨਾਂ ਨੂੰ ਟਿਕਟ ਦਿੰਦਾ ਸੀ, ਉਹਨਾਂ ਦੇ ਬਾਰੇ ਸਾਰਾ ਅਗਲੇ ਵਾਲੇ ਪੁਲਿਸ ਵਾਲੇ ਨੂੰ ਵਾਇਰਲੈਸ ਕਰਕੇ ਦੱਸ ਦਿੰਦਾ ਸੀ। ਕਹਿੰਦੀ ਹੈ ਵਿਆਹ ਤੋਂ ਬਾਅਦ ਉਹਦੀ ਹੈਬਿਟ ਬਣ ਗਈ, ਉਹ ਘਰ ਆਵੇ ਉਹਨੂੰ ਮੇਰੇ 'ਚੋਂ ਠੀਕ ਚੱਲਦੀ ਕਾਰ ਕੋਈ ਵੀ ਨਜ਼ਰ ਨਾ ਆਵੇ, ਹੁਣ ਗਲਤ ਕਿੱਥੋਂ ਚੱਲਦੀ ਹੈ ਨਜ਼ਰ ਆਉਣਾ ਸ਼ੁਰੂ ਹੋਇਆ ਉਹਨੂੰ, ਹੁਣ ਹਰ ਵੇਲੇ ਮੇਰੀਆਂ ਗਲਤ ਕਾਰਾਂ ਹੀ ਨਜ਼ਰ ਆਉਂਦੀਆਂ ਮੇਰੇ ਜੀਵਨ ਦੀ ਹੈਬਿਟ 'ਚੋਂ। ਅਤੇ ਹੋਇਆ ਕਿ 6 ਮਹੀਨੇ ਬਾਅਦ ਡਿਵੋਰਸ ਹੋ ਗਿਆ। ਸ਼ੀ ਡਜ਼ਨਟ ਵਾਂਟ ਟੂ ਮੈਰੀ ਅਗੇਨ, ਨਾਓ ਸ਼ੀ ਇਜ਼ ਡਿਪਰੈਸਡ, ਸ਼ੀ ਇਜ਼ ਲੋਸਟ, ਸ਼ੀ ਹੈਜ਼ ਗਿਵਨ ਅਪ। ਅੱਖਾਂ ਦੇ ਹੱਥੇ ਕਾਲੇ ਕਾਲੇ ਟੋਏ ਬਣ ਗਏ ਨੇ, ਡਾਕਟਰ ਦਵਾਈ ਦਿੰਦੇ ਨੇ, ਦਵਾਈ ਅੰਦਰ ਕੋਈ ਸਲੂਸ਼ਨ ਨਹੀਂ ਹੈ, ਐਕਸੈਪਟ ਸੈਡੀਸ਼ਨਸ, ਸੁੱਤੇ ਰਹੋ ਬਸ, ਸੋਚੋ ਮਤ, ਇਲਾਜ ਕੋਈ ਨਹੀਂ ਹੈ। ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੜੇ ਪਿਆਰ ਨਾਲ, ਨਮਰਤਾ ਨਾਲ ਬੇਨਤੀ ਕਰ ਰਿਹਾ, ਆਸ ਪਾਸ ਨੂੰ ਨਾ ਸੁਣੋ, ਮੀਡੀਆ ਤੋਂ ਗੰਦ ਪਿਕਅਪ ਨਾ ਕਰੋ, ਪਲੀਜ਼ ਬੀ ਕੇਅਰਫੁਲ। ਪਰ ਅਸੀਂ ਆਸ ਪਾਸ ਕਿਹਨਾਂ ਨੂੰ ਸੁਣ ਰਹੇ ਹਾਂ? ਜਿਵੇਂ ਖੋਤੇ ਦੀ ਗੱਲ ਕੀਤੀ ਹੈ, ਅਸੀਂ ਸੁਣ ਰਹੇ ਹਾਂ ਉਹਨਾਂ ਨੂੰ, ਜਿਵੇਂ ਕਿ ਦੋ ਮਿੱਤਰ
ਦੋਨੋਂ ਰਲ ਕੇ ਕਹਿੰਦੇ ਨੇ ਯਾਰ ਘੋੜੇ ਨਾ ਖਰੀਦ ਲਈਏ, ਕਹਿੰਦਾ ਖਰੀਦ ਲੈਂਦੇ ਹਾਂ, ਕਹਿੰਦਾ ਚੱਲ ਆ ਘੋੜੇ ਦੋਵੇਂ ਘੋੜੇ ਖਰੀਦ ਲੈਂਦੇ ਹਾਂ, ਘੋੜੇ ਖਰੀਦ ਲਿਆਏ। ਉਹ ਕਹਿੰਦਾ ਯਾਰ ਜਦੋਂ ਅਸੀਂ ਕੱਲ੍ਹ ਸਵੇਰੇ ਸੁੱਤੇ ਉੱਠਾਂਗੇ ਪਤਾ ਕਿਵੇਂ ਲੱਗੇਗਾ ਤੇਰਾ ਘੋੜਾ ਕਿਹੜਾ ਔਰ ਮੇਰਾ ਘੋੜਾ ਕਿਹੜਾ। ਕਹਿੰਦਾ ਬੜਾ ਸਿੰਪਲ ਹੈ, ਤੇਰੇ ਘੋੜੇ ਦੀ ਪੂੰਛ ਕੱਟ ਦੇ ਸਵੇਰੇ ਸਾਫ਼ ਨਜ਼ਰ ਆਏਗਾ, ਪੂੰਛ ਕੱਟਿਆ ਤੇਰਾ ਦੂਜਾ ਮੇਰਾ, ਹੀ ਐਗਰੀਡ। ਕੋਈ ਸ਼ਰਾਰਤੀ ਸੁਣ ਰਿਹਾ ਸੀ, ਉਸਨੇ ਰਾਤੀ ਦੋਨੋਂ ਘੋੜਿਆਂ ਦੀ ਪੂੰਛ ਕੱਟਤੀ। ਸਵੇਰੇ ਕਹਿੰਦਾ ਯਾਰ ਇਹ ਤਾਂ ਬੜਾ ਮੁਸ਼ਕਲ ਹੋ ਗਿਆ, ਕਿਵੇਂ ਚੈੱਕ ਕਰੀਏ। ਕਹਿੰਦਾ ਚੈੱਕ ਕਰਦੇ ਹਾਂ, ਤੂੰ ਆਪਣੇ ਘੋੜੇ ਦਾ ਕੰਨ ਕੱਟ ਦੇ, ਕੰਨ ਕੱਟਿਆ ਤੇਰਾ ਦੂਜਾ ਮੇਰਾ। ਅੱਛਾ, ਸ਼ਰਾਰਤੀ ਨੇ ਰਾਤੀ ਦੂਜੇ ਘੋੜੇ ਦੀ ਵੀ ਕੰਨ ਕੱਟ ਦਿੱਤਾ, ਸਵੇਰੇ ਫਿਰ ਸੇਮ। ਥਰਡ ਡੇ ਕਹਿੰਦਾ ਅੱਛਾ ਇੰਝ ਕਰਦੇ ਹਾਂ, ਤੇਰੇ ਘੋੜੇ ਦੀ ਨਾ ਇੱਕ ਟੰਗ ਕੱਟ ਦੇ। ਕਹਿੰਦਾ ਨੋ ਆਈ ਡਿਸਐਗਰੀ ਯਾਰ, ਟੁਰ ਹੀ ਨਹੀਂ ਸਕੇਗਾ, ਯੂਸਲੈਸ ਹੋ ਜਾਏਗਾ। ਕਹਿੰਦਾ ਫਿਰ ਅੱਛਾ ਇੰਝ ਕਰ, ਚਿੱਟਾ ਤੂੰ ਰੱਖ ਲੈ, ਕਾਲਾ ਮੈਂ ਰੱਖ ਲੈਂਦਾ। ਮਾਈ ਗੋਡ, ਐਸੇ ਡਮੀ ਸਾਡੇ ਮਿੱਤਰ ਹਨ ਜੋ ਸਾਰਾ ਨੁਕਸਾਨ ਕਰਾਉਣ ਤੋਂ ਬਾਅਦ ਸਾਨੂੰ ਕਹਿ ਰਹੇ ਨੇ ਚਿੱਟਾ ਤੂੰ ਰੱਖ ਲੈ, ਕਾਲਾ ਮੈਂ ਰੱਖ ਲਾਂ। ਉਹਨਾਂ ਦੇ ਸੁਣਦੇ ਹਾਂ ਅਸੀਂ, ਉਹਨਾਂ ਦੇ ਨਾਲ ਰਹਿੰਦੇ ਹਾਂ। ਨਾਨਕ ਭਗਤਾਂ ਸਦਾ ਵਿਕਾਸ ਵਾਲਾ ਜੀਵਨ ਸਾਡੇ ਕੋਲੋਂ ਖੋ ਲਿਆ ਜਾਏਗਾ, ਸਾਡੇ ਕੋਲੋਂ ਗੁਆਚ ਜਾਏਗਾ। ਅਨਲੈਸ ਵੀ ਟਰਾਈ ਟੂ ਕੀਪ ਇਨ ਅਵਰ ਗ੍ਰਿਪ, ਇਟ ਇਜ਼ ਆਲਰੇਡੀ ਗਿਵਨ, ਵੀ ਡੋਂਟ ਨੋ ਦਾ ਵੈਲਿਊ। ਨੰਬਰ ਘੱਟ ਆਏ ਸਾਨੂੰ ਲੂਜ਼ ਮੋਸ਼ਨ ਲੱਗ ਜਾਂਦੇ ਨੇ, ਐਗਜ਼ਾਮ ਆ ਗਿਆ ਸਾਡਾ ਦਿਮਾਗ ਖਰਾਬ ਹੋ ਜਾਂਦਾ, ਕੁਛ ਵੀ ਹੋ ਜਾਏ ਸਾਡੀ ਹੇਠਲੀ ਉਤਲੀ ਹੋ ਜਾਂਦੀ ਹੈ। ਕਿਉਂ? ਕਿਉਂਕਿ ਅਸੀਂ ਸਾਰੀ ਵੈਲਿਊ ਉਹਨੂੰ ਦਿੱਤੀ ਹੋਈ ਹੈ, ਮੋਰਲ ਵੈਲਿਊ ਨੂੰ ਨਹੀਂ ਦਿੱਤੀ ਹੋਈ ਹੈ। ਆਈ ਥਿੰਕ ਵੀ ਸ਼ੁੱਡ ਸਟਾਰਟ ਕੁਸ਼ਚਨ ਆਨਸਰ। ਪਹਿਲਾ ਸਵਾਲ ਸੁਖਬੀਰ ਸਿੰਘ ਜੀ ਵੱਲੋਂ ਆਇਆ ਹੈ, ਇਹ ਪੁੱਛ ਰਹੇ ਨੇ ਕਿ ਗੁਰਬਾਣੀ ਵਿੱਚ ਸੰਤ ਔਰ ਸਾਧ ਲਫ਼ਜ਼ ਬਹੁਤ ਵਾਰੀ ਆਇਆ ਹੈ, ਇਹਦਾ ਕੀ ਮਹੱਤਵ ਹੈ ਔਰ ਕਿਸ ਪੱਖੋਂ ਇਹ ਲਫ਼ਜ਼ ਗੁਰਬਾਣੀ ਵਿੱਚ ਇਸਤੇਮਾਲ ਕੀਤੇ ਗਏ? ਸੰਤ, ਸੰਤਨ, ਸਾਧ, ਇਹ ਗੁਰੂ ਅਰਜਨ ਪਾਤਸ਼ਾਹ ਜਦੋਂ ਅਸੀਂ ਇਹ ਪੜ੍ਹਦੇ ਹਾਂ, ਸੰਤ ਕਾ ਨਿੰਦਕ ਮਹਾਤਾਈ, ਸੰਤ ਕਾ ਨਿੰਦਕ ਖਿੰਟੀ ਕੰਨਾ ਪਾਈ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ, ਅਸੀਂ ਪੜ੍ਹਦੇ ਹਾਂ ਨਾ, ਤਾਂ ਉੱਥੇ ਅਸੀਂ ਸੰਤ ਦਾ ਮੈਨਾ ਕੋਈ ਕਿਸੇ ਖਾਸ ਭੇਖ ਵਾਲਾ, ਖਾਸ ਕਿਸੇ ਡੇਰੇ ਵਾਲਾ, ਖਾਸ ਚੇਲਿਆਂ ਵਾਲਾ, ਕਿਸੇ ਮਜ਼ਹਬ ਦਾ ਖਾਸ ਨੋਨ ਵੈਲ ਨੋਨ ਪਰਸਨੈਲਿਟੀ ਨੂੰ ਸੰਤ ਸਮਝ ਰਹੇ ਹੁੰਦੇ ਹਾਂ, ਉਹਦੇ ਅਰਥ ਨਹੀਂ ਹਨ। ਗੁਰਬਾਣੀ ਅਨੁਸਾਰ ਸੰਤ ਮਤਲਬ ਹੈ ਰੱਬ ਜੀ, ਗੁਰਬਾਣੀ ਅਨੁਸਾਰ ਸੰਤ ਮਤਲਬ ਹੈ ਰੱਬ ਜੀ ਦਾ ਸਤਿਗੁਰ, ਗੁਰਬਾਣੀ ਅਨੁਸਾਰ ਸੰਤ ਦਾ ਮੈਨਾ ਹੈ ਰੱਬ ਜੀ ਦਾ ਜਿਹੜਾ ਤੱਤ ਗਿਆਨ ਹੈ, ਰਾਈਟ? ਸੋ ਸੁਖਬੀਰ ਜੀ, ਜਦੋਂ ਅਸੀਂ ਪੜ੍ਹਾਂਗੇ ਸੰਤ ਕਾ ਨਿੰਦਕ ਮਹਾਂ ਅਤਤਾਈ, ਸੰਤ ਕਾ ਨਿੰਦਕ ਖਿੰਡ ਟਿਕਣ ਨਾ ਪਾਈ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ, ਇਸ ਤਰ੍ਹਾਂ ਜਿਹੜੀ ਸਾਰੀ ਅਸ਼ਟਪਦੀ ਹੈ ਜਿਹੜੀ ਤੁਸੀਂ ਕੋਟ ਕੀਤੀ ਹੈ, ਗੁਰੂ ਅਰਜਨ ਪਾਤਸ਼ਾਹ ਉਹਦੇ ਵਿੱਚ ਇਹ ਦੱਸਣਾ ਚਾਹੁੰਦੇ ਨੇ, ਸੰਤ ਮਤਲਬ ਹੈ ਵਿਜ਼ਡਮ, ਵਿਜ਼ਡਮ ਨੂੰ, ਸਤਿਗੁਰ ਦੀ ਮੱਤ ਨੂੰ, ਸੱਚ ਦੀ ਨੌਲੇਜ ਨੂੰ, ਸੱਚ ਦੇ ਧਰਮ ਨੂੰ ਜਦੋਂ ਤੂੰ ਇਗਨੋਰ ਕਰਦਾ ਹੈ, ਇਗਨੋਰ ਕਰਨਾ ਨਿੰਦਕ ਹੁੰਦਾ ਹੈ। ਫੋਰ ਐਗਜ਼ਾਮਪਲ, ਮੇਰਾ ਪਿਤਾ ਇੱਥੇ ਬੈਠਾ ਹੈ, ਮੈਂ ਆਪਣੇ ਪਿਤਾ ਦੀ ਗੱਲ ਨਹੀਂ ਸੁਣ ਰਿਹਾ ਪਰ ਮੈਂ ਉਹਦੇ ਵੱਲ ਪਿੱਠ ਕੀਤੀ ਹੈ, ਸਿੰਪਲੀ ਮੈਂ ਪਿੱਠ ਕੀਤੀ ਹੈ, ਇਹ ਨਿੰਦਾ ਹੈ। ਪਰ ਪਿੱਠ ਬੋਡੀ ਫਿਜ਼ੀਕਲੀ ਕਰਨਾ ਨਹੀਂ, ਜਦੋਂ ਮੇਰਾ ਮਨ ਨੂੰ ਉਸ ਗੱਲ ਨੂੰ ਸੁਣਨਾ ਨਹੀਂ ਚਾਹੁੰਦਾ, ਮੇਰੇ ਮਨ ਰੂਪੀ ਕੰਨ ਬੰਦ ਹੋ ਜਾਂਦੇ ਨੇ ਔਰ ਉਸ ਤੋਂ ਨਜ਼ਰ ਆਪਣੇ ਆਪ ਨੂੰ ਪੁੱਠੀ ਪਾਸੇ ਕਰ ਲੈਂਦੇ ਨੇ, ਤਾਂ ਉਸ ਨੂੰ ਨਿੰਦਕ ਕਹਿੰਦੇ ਹਨ। ਵਿਜ਼ਡਮ ਨੂੰ, ਸੰਤ ਨੂੰ, ਸੱਚ ਨੂੰ, ਸਤਿਗੁਰ ਦੀ ਮੱਤ ਨੂੰ ਜਦੋਂ ਕੋਈ ਵੀ ਇਨਸਾਨ ਇਗਨੋਰ ਕਰਦਾ ਹੈ, ਸੰਤ ਕਾ ਨਿੰਦਕ, ਖਿੰਨ ਟਿਕਣ ਨਾ ਪਾਈ, ਉਹਨੂੰ ਸਟੇਬਲ ਜੀਵਨ ਜਾਂਚ ਨਹੀਂ ਮਿਲੇਗੀ, ਉਹਦਾ ਜੀਵਨ ਥਿਰਕਰ ਵੈਸੋ ਅਰਜਨ ਪਿਆਰੇ ਨਹੀਂ ਬਣ ਸਕਦਾ, ਉਹਦੀ ਮੱਤ ਚੰਚਲ ਹੋ ਜਾਏਗੀ, ਉਹਦੇ ਜੀਵਨ ਵਿੱਚ ਜਲਨ ਰਹੇਗੀ।
ਗੁਰੂ ਅਰਜਨ ਪਾਤਸ਼ਾਹ ਕਹਿੰਦੇ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ। ਉਹ ਸਾਧ ਸੰਗ ਦਾ ਮਤਲਬ ਮੈਂ ਕਿਸੇ ਫਿਜ਼ੀਕਲ ਬਾਬੇ ਦੇ ਗੋਡੇ ਕੁੱਟਣ ਗਈ ਇਹ ਨਹੀਂ ਹੈ, ਮੈਂ ਕਿਸੇ ਬਾਬੇ ਦੇ ਡੇਰੇ 'ਤੇ ਭਾਂਡੇ ਮਾਂਜੇ ਇਹ ਨਹੀਂ ਹੈ। ਸਾਧ ਸੰਗ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਉਹਦੇ ਨਾਲ ਵਿਆਹ ਕਰਾਇਆ। ਸਾਧ ਸੰਗ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਉਹਦੇ ਦਰਵਾਜ਼ੇ ਪੂੰਝ ਕੇ ਉਹਨੂੰ ਰੈੱਡ ਕਾਰਪੈਟ ਵੈਲਕਮ ਦੇ ਕੇ ਉਹਦੇ ਵਾਸਤੇ ਮਰਸਡੀਜ਼ ਕਾਰ ਦਾਨ ਕਰਕੇ ਆਇਆ, ਇਹਨੂੰ ਨਹੀਂ ਕਹਿੰਦੇ ਨੇ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ, ਮੇਰੇ ਅੰਦਰ ਜਲਨ ਸੀ, ਉਹ ਮੇਰੀ ਸੱਚ ਦੀ ਮੱਤ ਦੇ ਰਾਹੀਂ ਸਤਿਗੁਰ ਦੀ ਮੱਤ ਦਾ ਜਦੋਂ ਮੈਂ ਸੰਗ ਕੀਤਾ। ਸੋ ਸਾਡੀ ਇੱਕ ਕੈਸਿਟ ਬਣੀ ਹੋਈ ਹੈ, ਇੰਗਲਿਸ਼ ਵਿੱਚ ਉਹਦਾ ਨਾਂ ਹੈ ਕੰਪਨੀ, ਸੁਣ ਲੈਣਾ। ਪੰਜਾਬੀ 'ਚ ਉਹਦੇ ਉੱਤੇ ਸੈਮੀਨਾਰ ਕੀਤਾ ਸੀ ਸੰਗਤ। ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ। ਜੇ ਸਾਕਤ ਅਸੀਂ ਕਿਸੇ ਸਰੀਰਕ ਮਨੁੱਖ ਨੂੰ ਬਣਾਵਾਂਗੇ ਤਾਂ ਫਿਰ ਸਾਡੀ ਗਲਤ ਫਹਿਮੀ ਦੇ ਕਾਰਨ ਅਸੀਂ ਕਿਸੇ ਸਰੀਰਕ ਨੂੰ ਸੰਤ ਵੀ ਸਮਝ ਲਵਾਂਗੇ, ਲੇਕਿਨ ਸਾਕਤ ਮਨੁੱਖ ਨਹੀਂ ਹੁੰਦਾ। ਜੇ ਇਹ ਵਾਲੀ ਗੱਲ ਸਮਝ ਪੈ ਜਾਏ ਤਾਂ ਪਤਾ ਲੱਗੇਗਾ ਕਿ ਸਾਰੀ ਅੱਜ ਦੀ ਦੁਨੀਆ ਦੇ ਵਿੱਚ ਕਿਸੇ ਦੇ ਮੱਥੇ 'ਤੇ ਲੇਬਲ ਲਗਾ ਕੇ ਨਹੀਂ ਕਹਿ ਸਕਦੇ ਕਿ ਇਹ ਮਨੁੱਖ ਸਾਕਤ ਹੈ, ਕਿਸੇ ਮਨੁੱਖ ਨਹੀਂ ਕਹਿ ਸਕਦੇ ਕਿ ਇਹ ਮਨੁੱਖ ਸੰਤ ਹੈ, ਇਹ ਸ਼ਰੀਫ ਹੈ, ਇਹ ਧਾਰਮਿਕ ਹੈ, ਇਹ ਆਸਤਕ ਹੈ। ਇਹ ਤਾਂ ਬਾਹਰਲੀਆਂ ਸਭ ਕਿਰਿਆਵਾਂ ਹੁੰਦੀਆਂ ਨੇ। ਹੁਣ ਕਬੀਰ ਸਾਹਿਬ ਗੱਲ ਛੋਟੀ ਮੋਟੀ ਨਹੀਂ ਕਰ ਗਏ ਨੇ, ਔਰ ਹਮੇਸ਼ਾ ਵਾਸਤੇ ਸਦੀਵੀ ਸੱਚ ਗੁਰਬਾਣੀ ਦੱਸਦੀ ਹੈ। ਤਾਂ ਕਬੀਰ ਸਾਹਿਬ ਕਰਨੇ ਸਾਕਤ ਖਿਆਲਾਂ ਦਾ ਸੰਗ ਨਾ ਕਰਿਆ ਕਰ, ਮਨੁੱਖ ਬੁਰਾ ਨਹੀਂ ਹੁੰਦਾ। ਭਾਰਤ ਦੀਆਂ ਕਈ ਜਗ੍ਹਾ ਨਾ ਜੇਲ੍ਹਾਂ ਦੇ ਬਾਹਰ ਲਿਖਿਆ ਹੋਇਆ ਪਾਪ ਸੇ ਨਫ਼ਰਤ ਕਰੋ, ਪਾਪੀ ਸੇ ਨਹੀਂ। ਉਸ ਭੈੜੇ ਖਿਆਲ ਦੀ ਸੰਗਤ ਨਾ ਕਰ, ਉਸਨੂੰ ਕੁਸੰਗਤ ਕਹਿੰਦੇ ਹਨ। ਸਾਕਤ ਸੰਗ ਨਾ ਕੀਜੀਏ ਦੂਰੋ ਜਾਈਏ ਭਾਗ। ਦੂਰ ਤੱਕ ਭੈੜੇ ਖਿਆਲਾਂ ਦਾ ਰਿਸ਼ਤਾ ਨਹੀਂ ਰੱਖਣਾ ਚਾਹੀਦਾ। ਅਤੇ ਜੇ ਕੋਈ ਇਸਨੂੰ ਸਰੀਰਕ ਸਮਝਦਾ ਹੋਵੇ, ਉਹ ਅੱਜ ਕੁਐਸਚਨ ਕਰੇਗਾ ਕਿ ਮੇਰੇ ਘਰ ਮੈਂ ਕੰਪਿਊਟਰ ਲਾਇਆ, ਮੇਰੇ ਬੱਚੇ ਦੇ ਕਮਰੇ 'ਚ ਕੋਈ ਵੀ ਨਹੀਂ ਗਿਆ, ਮੇਰਾ ਬੱਚਾ ਬਾਹਰ ਕਿਧਰੇ ਵੀ ਨਹੀਂ ਗਿਆ, ਇਹਨੂੰ ਇੱਥੇ ਹੀ ਟੀਵੀ ਕੰਪਿਊਟਰ ਸੈੱਲਫੋਨ ਉੱਤੇ MMS ਔਰ ਸਾਰੇ ਸੈਕਸ਼ੂਅਲ ਸੀਨ ਦਿਖਾ ਕੇ ਜੋ ਕੁਸੰਗਤ ਕਰਾਈ ਜਾ ਰਹੀ ਹੈ, ਮੇਰਾ ਬੱਚਾ ਇਸ ਤਰ੍ਹਾਂ ਡਾਂਸ ਕਰਨ ਲੱਗ ਪਿਆ ਹੈ। ਹੁਣ ਜਦੋਂ ਬੱਚਾ ਉਹ ਸਭ ਕੁਛ ਦੇਖ ਰਿਹਾ ਔਰ ਦੇਖਣ ਤੋਂ ਬਾਅਦ ਉਹ ਵਾਲਾ ਕਾਰਨਾਮਾ, ਉਹ ਵਾਲੀ ਕਰਤੂਤ, ਉਹ ਵਾਲੀ ਡੀਡ, ਉਹ ਵਾਲਾ ਕਰਮ, ਉਹ ਵਾਲਾ ਐਕਸ਼ਨ ਜੇ ਕਰਨਾ ਚਾਹੁੰਦਾ ਤਾਂ ਮਾਨੋ ਉਸਨੇ ਸਾਕਤ ਸੰਗ ਕਰ ਲਿਆ। ਕਿਸੇ ਕੋਲ ਨਹੀਂ ਗਿਆ। ਕਬੀਰ ਸਾਹਿਬ ਦੀ ਗੱਲ ਖਰੀ ਹੈ, ਸਾਕਤ ਸੰਗ ਨਾ ਕੀਜੀਏ, ਸਾਕਤ ਡਜ਼ ਨਾਟ ਮੀਨ ਮਨੁੱਖ। ਇੰਜ ਹੀ ਸਾਧ ਦੀ ਗੱਲ ਸਮਝ ਪੈਂਦੀ ਹੈ ਕਿ ਸਾਕਤ ਅਤੇ ਸਾਧ ਕੋਈ ਮਨੁੱਖ ਨਹੀਂ ਹੁੰਦਾ, ਸਾਕਤ ਅਤੇ ਸਾਧ ਇੱਕ ਖਿਆਲ ਹੁੰਦੇ ਨੇ, ਭੈੜੇ ਖਿਆਲ ਨੇ, ਤੂੰ ਆਪ ਦੁਖੀ ਹੋਏਗਾ। ਜਦੋਂ ਕਬੀਰ ਸਾਹਿਬ ਕਹਿੰਦੇ ਨੇ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ ਬੇਰ, ਉਹ ਝੂਲਾ ਉਹ ਚੀਰੀਆ ਸਾਕਤ ਸੰਗ ਨਾ ਹੇਰ, ਕੇਲੇ ਦਾ ਪੱਤਾ ਬੇਰੀ ਦੇ ਪੇੜ ਦੇ ਕੰਡਿਆਂ ਕੋਲ ਇਸ ਤਰ੍ਹਾਂ ਆਰਾਮ ਨਾਲ ਝੂਲ ਰਿਹਾ, ਪਰ ਇਸਨੂੰ ਪਤਾ ਨਹੀਂ ਕਿ ਕੰਡੇ ਮੈਨੂੰ ਪਾੜ ਦੇਣਗੇ, ਟੌਰਨ ਅਪਾਰਟ ਕਰ ਦੇਣਗੇ, ਮੇਰਾ ਚਿਥੜਾ ਚਿਥੜਾ ਕਰ ਦੇਣਗੇ, ਮੇਰੇ ਕਰੈਕਟਰ ਦਾ, ਮੇਰੀ ਅਕਲ ਦਾ, ਮੇਰੀ ਸੋਚ ਦਾ, ਮੇਰੇ ਖਿਆਲਾਂ ਦਾ, ਮੇਰੇ ਕਿਰਦਾਰ ਦਾ ਕਰ ਦਿੰਦਾ ਨਾ। ਤਾਂ ਇਸ ਤਰ੍ਹਾਂ ਹੀ ਭੈੜਾ ਖਿਆਲ ਜਦੋਂ ਸਾਨੂੰ ਆਉਂਦਾ ਹੈ, ਉਹ ਅਸੀਂ ਕਿੱਥੋਂ ਬੋਰੋ ਕਰਦੇ ਹਾਂ? ਵਰਨਾ ਅਸੀਂ ਸਾਰੇ ਤੇ ਕਹੋ ਕਬੀਰੇ ਰਾਮ ਕੀ ਅੰਸ਼, ਅਸੀਂ ਤੇ ਰੱਬ ਜੀ ਦੇ ਬਣਾਏ ਹੋਏ ਬੱਚੇ ਹਾਂ, ਰੱਬ ਜੀ ਵੱਲੋਂ ਦਿੱਤੇ ਗਏ ਸਾਫ਼ ਮਨ ਸੀ, ਇੱਥੇ ਆ ਕੇ ਪੋਲਿਊਸ਼ਨ ਇਕੱਠਾ ਕਰ ਲਿਆ, ਕਾਲੀ ਹੋਈ ਆ ਦੇਵਰੀ, ਕਾਲਕ ਜੰਮ ਗਈ, ਮੈਲ ਜੰਮ ਗਈ, ਮਨ ਮੈਲਾ ਹੋ ਗਿਆ।
ਇਸ ਪੱਖੋਂ ਸਮਝਣਾ ਹੈ। ਨੈਕਸਟ ਕੁਐਸਚਨ। ਨੈਕਸਟ ਵੈਸੇ ਸਿਮਿਲਰ ਕੁਐਸਚਨ ਹੀ ਹੈ ਲੇਕਿਨ ਥੋੜ੍ਹਾ ਜਿਹਾ ਡਿਫਰੈਂਟ ਕਰਕੇ ਕਿ ਵਿਸਰ ਗਈ ਸਭ ਤਾਤ ਪਰਾਈ ਵਾਲੀ ਕੰਡੀਸ਼ਨ ਕਿਵੇਂ ਬਣੇ? ਅਗੇਨ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੈਂ ਪਾਈ। ਸਾਧ ਸੰਗਤ ਕੀ ਹੈ ਅਸੀਂ ਉਹਨੇ ਡਿਸਕਸ ਕਰ ਚੁੱਕੇ ਹਾਂ। ਕੰਪਨੀ ਕੈਸੇਟ ਔਰ ਸੰਗਤ ਸੈਮੀਨਾਰ ਔਰ ਸੰਗਤ ਸੈਮੀਨਾਰ ਦੀ ਆਡੀਓ ਵੀਡੀਓ ਅਤੇ ਸੰਗਤ ਸੈਮੀਨਾਰ ਦੀ ਹੈਂਡੀ ਬੁੱਕ ਉਹ ਸਾਰੀਆਂ ਪੜ੍ਹ ਕੇ ਦੇਖਣਾ। ਮਨੁੱਖੀ ਸੰਗ ਨੂੰ ਸੰਗ ਨਹੀਂ ਕਹਿੰਦੇ ਨੇ, ਖਿਆਲਾਂ ਨੂੰ ਸੰਗ ਕਹਿੰਦੇ ਨੇ। ਚੰਗੇ ਖਿਆਲਾਂ ਦਾ ਸੰਗ ਸੰਗਤ ਸਤ ਸੰਗਤ ਕਹਿਲਾਉਂਦਾ, ਭੈੜੇ ਖਿਆਲਾਂ ਦਾ ਸੰਗ ਕੁਸੰਗਤ ਕਹਿਲਾਉਂਦਾ। ਸਭ ਤੋਂ ਵੱਡੀ ਸੰਗਤ ਕੀ ਹੈ? ਸਤਿਗੁਰ ਬਾਜੋ ਸੰਗਤ ਨਾ ਹੋਈ। ਸੋ ਸੱਚ ਦੀ ਸੰਗਤ ਹੈ ਵਿਜ਼ਡਮ ਦੀ ਸੰਗਤ ਕਰਨਾ, ਮਨ ਕਰਕੇ ਕਰਨਾ। ਜਦੋਂ ਅਸੀਂ ਉਹ ਕਰਾਂਗੇ ਤਾਂ ਮੇਰੇ ਜੀਵਨ ਵਿੱਚ ਪਤਾ ਕੀ ਵਾਪਰ ਜਾਏਗਾ? ਨਾ ਕੋ ਬੈਰੀ ਨਹੀਂ ਬਿਗਾਨ, ਸਗਲ ਸੰਗ ਹਮਕੋ ਬਣਿਆਈ। ਸੋ ਕਾਰਡ ਵੈਲੰਟਾਈਨਸ ਡੇ, ਸੋ ਕਾਰਡ ਗੁਲਾਬ, ਸੋ ਕਾਰਡ ਆਈ ਲਵ ਯੂ ਦੇ ਵਿੱਚ ਸਗਲ ਸੰਗ ਨਹੀਂ ਬਣ ਕੇ ਆਉਂਦੀ ਹੈ, ਕਿਉਂਕਿ ਉਹ ਕਹਿਣ ਸਾਰ ਸਭ ਤੋਂ ਪਹਿਲੇ ਦੁਸ਼ਮਣ ਕੌਣ ਬਣਦੇ ਨੇ? ਮੰਮੀ ਪਾਪਾ। ਮੰਮੀ ਪਾਪਾ ਕੋਲੋਂ ਛੁਪ ਕੇ ਕਰਨਾ ਹੈ। ਚੈਟ ਹੋਵੇ ਤੇ ਭਾਵੇਂ ਈਮੇਲ ਹੋਵੇ ਤੇ ਭਾਵੇਂ ਜਿੱਥੇ ਮਿਲਣਾ ਹੋਵੇ, ਇਹ ਸਗਲ ਸੰਗ ਹਮਕੋ ਬਣਿਆ ਹੀ ਨਹੀਂ ਹੋਇਆ। ਜਦੋਂ ਸਾਧ ਸੰਗ ਸਤਿਗੁਰ ਦੀ ਮੱਤ ਦਾ ਸੰਗ ਕੀਤਾ, ਜਬ ਤੇ ਸਾਧ ਸੰਗਤ ਮੈਂ ਪਾਈ, ਫਾਇਦਾ ਕੀ ਹੋਇਆ? ਵਿਸਰ ਗਈ ਸਭ ਦਾ, ਇਹ ਸਾੜਾ ਸਾਰਾ ਮੁੱਕ ਗਿਆ। ਸਾੜਾ ਕੀ ਸੀ? ਵੈਰੀ ਮਿੱਤਰ ਬਣਾਉਣੇ। ਹੁਣ ਕੀ ਹੋ ਗਿਆ? ਸਭ ਕੋ ਮੀਤ ਹਮ ਆਪਨ ਕੀ ਨਾ, ਹਮ ਸਭ ਨਾ ਕੇ ਸਾਜਨ ਹੋ ਗਿਆ। ਸਾਰੇ ਮੈਨੂੰ ਰੱਬ ਜੀ ਦੇ ਬੰਦੇ ਲੱਗਦੇ ਨੇ। ਤਾਂ ਕੀ ਹੋ ਗਿਆ? ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਿਆਈ। ਦੈਟਸ ਇਟ, ਸੋ ਸਿੰਪਲ। ਅਗੇਨ ਜਦੋਂ ਇਹ ਸ਼ਬਦ ਪੜ੍ਹਿਆ, ਇਸ ਨੂੰ ਆਪਣੇ ਜੀਵਨ 'ਤੇ ਅਪਲਾਈ ਕੀਤਾ, ਵੀ ਆਰ ਟਾਕਿੰਗ ਅਬਾਊਟ ਹਿਊਮੈਨਿਟੀ, ਯੂਨੀਵਰਸੈਲਿਟੀ, ਯੂਨੀਵਰਸਲ ਬ੍ਰਦਰਹੁੱਡ, ਇੱਕ ਪਿਤਾ ਇੱਕ ਸਕੇ ਬਾਰਕ ਦੀ ਗੱਲ ਕਰ ਰਹੇ ਹਾਂ। ਜੇ ਇਸ ਨੂੰ ਅਡਾਪਟ ਨਾ ਕੀਤਾ, ਜਿਸ ਮਰਜ਼ੀ ਅਹੁਦੇ 'ਤੇ ਜੋ ਮਰਜ਼ੀ ਬੈਠਿਆ ਹੋਇਆ, ਉਹ ਰਿਲੀਜਨ ਨੂੰ ਨਹੀਂ ਮੰਨਦਾ, ਉਹ ਰੱਬ ਨੂੰ ਨਹੀਂ ਮੰਨਦਾ, ਉਹ ਆਪਣੇ ਆਪ ਨੂੰ ਕਮਿਊਨਿਸਟ ਕਹੀ ਜਾ ਰਿਹਾ ਹੈ, ਉਹ ਐਥੀਸਟ ਕਹੀ ਜਾ ਰਿਹਾ ਹੈ, ਉਹਨੇ ਰੱਬ 'ਤੇ ਵਿਸ਼ਵਾਸ ਨਹੀਂ ਰੱਖਿਆ ਹੋਇਆ, ਉਹ ਮੰਦਰ ਮਸਜਿਦ ਗੁਰਦੁਆਰੇ ਨਹੀਂ ਜਾਂਦਾ, ਉਹ ਪਾਠ ਨਹੀਂ ਕਰਦਾ, ਉਹ ਖੰਡੇ ਬਾਟੇ ਕੀ ਪੌਲ ਨਹੀਂ ਛਕਦਾ, ਉਹ ਪਤਿਤ ਪੁਨਾ ਸਭ ਕੁਛ ਕਰਦਾ, ਉਹਦੀ ਮਰਜ਼ੀ। ਪਰ ਵੈਰੀ ਅਤੇ ਵਿਗਾਨਾ ਤਾਂ ਬਣਾਏਗਾ ਹੀ ਬਣਾਏਗਾ। ਸੜਦਾ ਪੁੱਜਦਾ ਜ਼ਰੂਰ ਰਹੇਗਾ ਲੋਕਾਂ ਦੇ ਨਾਲ, ਖੈ ਖੈ ਬਾਜੀ ਜ਼ਰੂਰ ਕਰਦਾ ਰਹੇਗਾ, ਤਿਊੜੀ ਉਹਦੀ ਚੜ੍ਹੀ ਰਹੇਗੀ। ਲੋਕਾਂ ਨਾਲ ਹੈਂਡਲਿੰਗ ਵੇਲੇ ਪਿਆਰ ਨਾਲ ਭਾਖਿਆ ਪਾਓ, ਅਪਾਰ ਵਾਲਾ ਮਿੱਠਾ ਬੋਲਣ ਵਾਲਾ ਜੀਵਨ ਸਮਝ ਨਹੀਂ ਨਾ ਆਏਗਾ, ਜੀਵਨ ਵਿੱਚ ਆਨੰਦ ਖੇੜਾ ਨਹੀਂ ਆਏਗਾ। ਕਿਉਂ? ਕਿਉਂਕਿ ਮਨ ਸਟੇਬਲ ਨਹੀਂ ਹੋਏਗਾ, ਵੈਦਰ ਯੂ ਬਿਲੀਵ ਇਨ ਗੋਡ ਔਰ ਨੋਟ। ਰੱਬ ਨੂੰ ਤੂੰ ਮੰਨਦਾ ਜਾਂ ਨਹੀਂ ਮੰਨਦਾ ਡਜ਼ਨਟ ਮੈਟਰ, ਕਿਹੜੇ ਰਿਲੀਜਨ ਨੂੰ ਮੰਨਦਾ ਡਜ਼ਨਟ ਮੈਟਰ, ਨਹੀਂ ਵੀ ਮੰਨਦਾ ਡਜ਼ਨਟ ਮੈਟਰ, ਤੇਰਾ ਮਨ ਚੈਨ ਵਿੱਚ ਨਹੀਂ ਆਏਗਾ। ਇਸ ਕਰਕੇ ਜਿਹੜੇ ਜਪਜੀ ਸਾਹਿਬ ਦੇ ਅਸੀਂ ਪਿਛਲੇ 4 ਮਹੀਨੇ ਵਿੱਚ, ਮੈਂ ਅਮੈਰੀਕਾ ਬੈਠ ਕੇ ਆਪਣੇ ਘਰ, ਮੈਨੂੰ ਬਾਹਰ ਨਹੀਂ ਪਤਾ ਕਿ ਦਿਨ ਚੜਿਆ ਕਿ ਰਾਤ ਹੋਈ, ਸਨੋ ਪਈ ਜਾਂ ਨਹੀਂ ਹੋਈ, ਮੈਂ ਪਹਿਲੀ ਪੌੜੀ ਤੋਂ ਬਾਅਦ ਹੀ ਉੱਥੇ ਹੀ ਅਟਕ ਗਿਆ। ਮੈਂ ਦੇਖ ਕੇ ਹੈਰਾਨ ਰਹਿ ਗਿਆ, ਦਿੰਦਾ ਦੇ ਲੈਂਦੇ ਥੱਕ ਪਾਏ, ਇਹਦੇ ਅਰਥ ਕੀਤੇ ਹੋਏ ਨੇ ਰੱਬ ਦਾਤਾਂ ਦੇ ਹੀ ਜਾਂਦਾ, ਲੈਣ ਵਾਲੇ ਲੈ ਕੇ ਥੱਕ ਜਾਂਦੇ ਨੇ। ਅਸੀਂ ਥੱਕ ਗਏ ਹਾਂ, ਸਾਡੇ ਕੋਲ ਸਾਈਕਲ ਸੀ, ਸਕੂਟਰ ਮੰਗਦੇ ਸੀ, ਸਕੂਟਰ ਆ ਗਿਆ, ਕਾਰ 800 ਮਾਰੂਤੀ, 800 ਮਾਰੂਤੀ ਸੀਐਲਓ, ਸੀਐਲਓ ਤੋਂ ਬਾਅਦ ਹੌਂਡਾ, ਹੌਂਡਾ ਤੋਂ ਬਾਅਦ BMW, BMW ਤੋਂ ਬਾਅਦ ਫਰਾਰੀ, ਹੋਰ ਜ਼ਿਆਦਾ ਕਾਰਾਂ ਦੇ ਨਾਂ ਨਹੀਂ ਮੈਨੂੰ ਪਤਾ, ਪਰ ਮਤਲਬ ਅਸੀਂ ਤਾਂ ਨਹੀਂ ਥੱਕੇ। ਲੋਹੇ ਦੇ ਪਿੱਤਲ ਦੇ ਭਾਂਡਿਆਂ ਤੋਂ ਕਰਦੇ ਕਰਦੇ ਅਸੀਂ ਕ੍ਰਿਸਟਲ ਦੇ ਭਾਂਡਿਆਂ 'ਤੇ ਪਹੁੰਚ ਗਏ, ਅਸੀਂ ਨਹੀਂ ਥੱਕੇ। ਆਪਣੇ ਬੈੱਡਰੂਮ ਔਰ ਬਾਥਰੂਮ ਦੇ ਫਿਕਸਚਰਸ ਜਿਹੜੇ ਲਵਾਉਣੇ ਨੇ, ਔਰ ਜੋ ਅਸੀਂ ਵੈਲਵੈਟ ਲਗਾਉਣੀ ਹੈ ਸਵਿਟਜ਼ਰਲੈਂਡ ਦੀ, ਅਸੀਂ ਫਰਨੀਚਰ ਮੰਗਾ ਕੇ ਨਹੀਂ ਥੱਕੇ, ਬਾਥਰੂਮ ਦੇ ਫਿਕਸਚਰਸ ਅਸੀਂ ਜਰਮਨੀ ਦੇ ਮੰਗਾ ਕੇ ਨਹੀਂ ਥੱਕੇ, ਅਸੀਂ ਕਦੋਂ ਥੱਕਦੇ ਹਾਂ? ਇਹਦਾ ਮਤਲਬ ਇਹਦੇ ਅਰਥਾਂ ਵਿੱਚ ਕਿਧਰੇ ਸਾਡੇ ਕੋਲੋਂ ਸਮਝਣ ਵਿੱਚ ਗੜਬੜ ਹੋ ਰਹੀ ਹੈ। ਦਾਤਾਂ 'ਤੇ ਲੋਕ ਪੈਸਾ ਕਮਾ ਕਮਾ ਕੇ ਲਈ ਜਾ ਰਹੇ ਨੇ, ਸਭ ਕੁਛ ਤਾਂ ਹੋਈ ਜਾ ਰਿਹਾ, ਵੱਡੇ ਵੱਡੇ ਬੰਗਲੇ ਨਹੀਂ ਬਣ ਰਹੇ ਇੰਨੇ ਵੱਡੇ ਵੱਡੇ,
ਕੀ ਦੁਨੀਆਂ ਦਾ ਇੱਥੇ ਬੰਗਲਿਆਂ ਵਿੱਚ ਨਹੀਂ ਹੈ ਜੋ ਅਮੈਰੀਕਾ ਦੇਖਦੇ ਹਾਂ? ਅਮੈਰੀਕਾ ਨਾਲੋਂ ਜ਼ਬਰਦਸਤ ਲਗਜ਼ੂਰੀਅਸ ਬੰਗਲੇ ਇੱਥੇ ਬਣ ਰਹੇ ਨੇ, ਇਤਨੇ ਹਾਈ ਫਾਈ ਅਮੈਰੀਕਾ ਨਹੀਂ ਬਣਦੇ ਨੇ, ਇਤਨੇ ਜ਼ੋਰਦਾਰ ਬਣ ਰਹੇ ਨੇ। ਕੀ ਅਸੀਂ ਥੱਕ ਗਏ ਹਾਂ? ਇਹ ਦਾਤਾਂ ਤਾਂ ਸਾਰਾ ਕੋਈ ਕੋਈ ਵੀ ਪੈਸੇ ਨਾਲ ਪ੍ਰਾਪਤ ਕਰ ਸਕਦਾ, ਜਿਨ੍ਹਾਂ ਦਾ ਨਾਂ ਅਸੀਂ ਰੱਖ ਲਿਆ ਰੱਬ ਦਾਤਾਂ ਦੇਈ ਜਾਂਦਾ, ਜ਼ਰੂਰ ਕੋਈ ਗੱਲ ਹੈ। ਅਤੇ ਗੁਰੂ ਸਾਹਿਬ ਕਹਿ ਰਹੇ ਨੇ ਤ੍ਰਿਸ਼ਨਾ ਵਿਰਲੇ ਕੀ ਬੁਝੀ ਰੇ, ਕੋਟ ਜੋ ਰੇ ਲੱਖ ਕਰੋ ਰੇ ਮਾਨਾ ਹੋ ਰੇ ਪਰਾ ਪਰੇ ਕੋ ਲੂਜੀ ਰੇ। ਫਿਰ ਇਹ ਦਿੰਦਾ ਦੇ ਲੈਂਦੇ ਥੱਕ ਵਾਏ ਦੇ ਅਰਥ ਕੀ ਸਮਝ ਰਹੇ ਹਾਂ? ਪੂਰਾ ਪ੍ਰਕਰਣ ਪੜ੍ਹ ਕੇ ਆਉਂਦੇ ਪਏ ਹਾਂ, ਪੌੜੀ ਨੂੰ ਪਿੱਛੋਂ ਸਮਝ ਕੇ ਆਉਂਦੇ ਪਏ ਹਾਂ। ਗੱਲ ਚੱਲ ਰਹੀ ਹੈ ਮੇਰੀ ਕੂੜ ਕੀ ਪਾਲ ਤੋੜਨੀ ਹੈ, ਮੇਰੀ ਈਗੋ ਨੂੰ ਤੋੜਨਾ, ਮੇਰੇ ਮਨ ਦੀ ਮੈਲ ਨੂੰ ਤੋੜਨਾ। ਇਹ ਟੁੱਟ ਕਿਵੇਂ ਸਕਦੀ ਹੈ? ਇੱਕੋ ਹੈ, ਸੱਚ ਲਵਾਂ, ਸਚਿਆਰ ਬਣਾ। ਸੱਚ ਵਾਸਤੇ ਮੈਨੂੰ ਸਤਿਗੁਰ ਦੀ ਮੱਤ ਦੇ ਕੀਮਤੀ ਰਤਨ ਜਵਾਹਰ ਮਾਣਿਕ ਵਰਗੇ ਗੁਣਾਂ ਦੀ ਦਾਤ ਚਾਹੀਦੀ ਹੈ। ਉਹ ਰੱਬ ਜੀ ਹਮੇਸ਼ਾ ਦਿੰਦੇ ਨੇ, ਦੇਈ ਜਾ ਰਹੇ ਨੇ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਦੇਈ ਜਾ ਰਹੇ ਨੇ, ਬਾਰਿਸ਼ ਕਰੀ ਜਾ ਰਹੇ ਨੇ। ਅੱਛਾ, ਮੈਂ ਸੋਚਿਆ ਸੀ ਦੁਨਿਆਵੀ ਪਦਾਰਥਾਂ ਦੀ ਗੱਲ ਚੱਲ ਰਹੀ ਹੈ। ਗੁਰੂ ਸਾਹਿਬ ਕਹਿ ਰਹੇ ਨੇ ਰੱਬ ਸਤਿਗੁਰ ਦੀ ਮੱਤ ਰਾਹੀਂ, ਸੱਚ ਦੇ ਧਰਮ ਦੀ ਗੱਲ ਰਾਹੀਂ, ਸੱਚ ਦੇ ਤੱਤ ਗਿਆਨ ਰਾਹੀਂ ਧਰਤੀ ਦੇ ਸਾਰੇ ਮਨੁੱਖਾਂ ਨੂੰ ਚੰਗੇ ਗੁਣਾਂ ਦੀ ਦਾਤ ਦਿੰਦੇ ਰਹਿੰਦੇ ਹਨ। ਦਿੰਦਾ ਦੇ, ਜਿਹੜਾ ਮਨ, ਜਿਹੜਾ ਹਿਰਦਾ, ਜਿਹੜਾ ਭਾਂਡਾ ਲੈਣਾ ਚਾਹੁੰਦਾ ਹੈ, ਜਿਹੜਾ ਨਹੀਂ ਚਾਹੁੰਦਾ ਉਹ ਨਹੀਂ ਚਾਹੁੰਦਾ, ਉਹਨੂੰ ਪਕੜ ਕੇ ਪੁੱਠਾ ਕਰਕੇ ਕੰਨ ਖਿੱਚ ਕੇ ਨਹੀਂ ਦਿੰਦੇ ਨੇ। ਉਹ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਹੋ ਗਿਆ, ਉਸਨੇ ਸੱਚ ਨੂੰ ਇਗਨੋਰ ਕਰ ਦਿੱਤਾ, ਉਹਨੂੰ ਟਿਕ ਨਹੀਂ ਪਾਏਗਾ। ਇਹ ਕੁਦਰਤ ਦਾ ਨਿਯਮ ਹੈ, ਚੈਨ ਨਹੀਂ ਆਏਗਾ, ਅਹੁਦਾ ਜੋ ਮਰਜ਼ੀ ਪ੍ਰਾਪਤ ਹੋ ਗਿਆ, ਲੈਂਦੇ ਜਿਹੜਾ ਲੈਣਾ ਚਾਹੁੰਦਾ ਕੀ? ਸਤਿਗੁਰ ਦੀ ਮੱਤ ਦੇ ਰਤਨ ਜਵਾਹਰ ਮਾਣਿਕ ਵਰਗੇ ਚੰਗੇ ਗੁਣ, ਰੱਬੀ ਗੁਣ ਲੈਂਦੇ। ਲੈਣ ਸਾਰ ਪਤਾ ਕੀ ਹੁੰਦਾ? ਥੱਕ ਪਾਏ, ਥੱਕ ਪਾਏ ਦਾ ਮਤਲਬ ਹੁੰਦਾ ਟਿਕ ਜਾਂਦਾ, ਸਟੇਬਲ ਹੋ ਜਾਂਦਾ, ਭਟਕਣਾ ਮੁੱਕ ਜਾਂਦੀ ਹੈ। ਅਤੇ ਜਦੋਂ ਇਹ ਗੁਣਾਂ ਨੂੰ ਉਹ ਲੈਂਦਾ, ਲੈਂਦੇ ਥੱਕ ਪਾਏ, ਜੁਗਾ ਜੁਗੰਤਰ, ਜੁਗਾ ਜੁਗੰਤਰ ਹੁੰਦਾ ਹਮੇਸ਼ਾ, ਸਦੀਵੀ, ਜਿਤਨਾ ਚਿਰ ਉਹ ਜਿੰਦਾ ਸਰੀਰਕ ਤੌਰ 'ਤੇ, ਆਤਮਕ ਬਲ ਸਤਿਗੁਰ ਦੀ ਮੱਤ ਦਾ ਪ੍ਰਾਪਤ ਕਰਕੇ, ਇਹ ਵਾਲਾ ਭੋਜਨ, ਸੱਚ ਦੇ ਗਿਆਨ ਦਾ ਭੋਜਨ, ਜੇ ਕੋ ਖਾਵੇ ਜੇ ਕੋ ਪੁੰਚੇ ਵਾਲਾ ਭੋਜਨ ਲੈ ਕੇ ਜੁਗਾ ਜੁਗੰਤਰ ਖਾਹੀ ਖਾਏ, ਇਹ ਸੱਚ ਦੇ ਗਿਆਨ।